ਖੇਤਰੀ ਖੋਜ ਕੇਂਦਰ ਅਤੇ ਐਗਰੀਕਲਚਰ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਅੱਜ ਸਾਲਾਨਾ ਕਿਸਾਨ ਮੇਲੇ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਨਾਲ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਤੇ ਹਲਕਾ ਇੰਚਾਰਜ ਦੀਨਾਨਗਰ, ਹਲਕਾ ਇੰਚਾਰਜ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ ਅਤੇ ਬਹਿਲ ਪਰਿਵਾਰ ਸ਼ਾਮਿਲ ਹੋਏ, ਜਿੱਥੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਸਾਨ ਮੇਲੇ ਵਿੱਚ ਖੇਤਰੀ ਖੋਜ ਕੇਂਦਰ ਵੱਲੋਂ ਲਗਾਈਆਂ ਗਈਆਂ ਵੱਖ ਵੱਖ ਪ੍ਰਦਰਸ਼ਨੀਆਂ ਅਤੇ ਬੀਜ ਸੈਂਟਰਾਂ ਦਾ ਦੌਰਾ ਕੀਤਾ ਅਤੇ ਉਹਨਾਂ ਕਿਹਾ ਕਿ ਪਹਿਲੀ ਸਰਕਾਰ ਹੈ ਜਿਸ ਨੇ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ। ਅੱਜ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਦਰ ਹਰ ਸਾਲ ਦੀ ਤਰ੍ਹਾਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਸੋ ਬੇਸਿਕਲੀ ਪੰਜਾਬ, ਕਿਉਂਕਿ ਖੇਤੀਬਾੜੀ ਪ੍ਰਧਾਨ ਸੂਬਾ ਹੈ ਔਰ ਪੰਜਾਬ ਦੀ ਇਕੋਨਮੀ ਦਾ ਬਹੁਤ ਵੱਡਾ ਬੇਸ ਹੈ ਖੇਤੀਬਾੜੀ। ਸੋ ਖੇਤੀਬਾੜੀ ਦੇ ਅੰਦਰ ਹਰ ਵੇਲੇ ਅਪਡੇਟ ਚੱਲੀ ਰਹਿੰਦੀ ਹੈ, ਚਾਹੇ ਉਹ ਬੀਜਾਂ ਨੂੰ ਲੈ ਕੇ ਹੈ, ਚਾਹੇ ਉਹ ਸੰਦਾਂ ਨੂੰ ਲੈ ਕੇ ਹੈ। ਸੋ ਲਗਾਤਾਰ ਪੰਜਾਬ ਦੇ ਅੰਦਰ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਥੇ ਬਾਕੀ ਫੀਲਡ ਦੇ ਅੰਦਰ ਕੰਮ ਕੀਤੇ ਜਾ ਰਹੇ ਆ, ਉੱਥੇ ਖੇਤੀਬਾੜੀ ਨੂੰ ਲੈ ਕੇ ਖਾਸ ਕਰਕੇ ਜਿਹੜੀਆਂ ਇਸ ਵੇਲੇ ਚੁਣੌਤੀਆਂ ਨੇ, ਚਾਹੇ ਉਹ ਕਲਾਈਮੇਟ ਚੇਂਜ ਦਾ ਸਵਾਲ ਆ, ਉਹਦਾ ਸਾਡੀਆਂ ਫਸਲਾਂ 'ਤੇ ਕੀ ਅਸਰ ਹੈ, ਚਾਹੇ ਜਨਰਲੀ ਵਾਤਾਵਰਨ ਦਾ ਸਵਾਲ ਹੈਗਾ ਆ। ਸੋ ਖੇਤੀ ਦੇ ਅੰਦਰ ਜਿਹੜੇ ਸਹਾਇਕ ਧੰਦੇ ਆ, ਵਿਸ਼ੇਸ਼ ਤੌਰ 'ਤੇ ਜਿਹੜੇ ਛੋਟੇ ਕਿਸਾਨ ਨੇ, ਉਹਨਾਂ ਦੀ ਆਰਥਿਕ ਸਥਿਤੀ ਨੂੰ ਅਪ ਕਰਨ ਦੇ ਲਈ, ਸੋ ਇਹ ਜਿਹੜਾ ਮੇਲਾ ਆ ਬੜਾ, ਪਹਿਲੀ ਗੱਲ ਤਾਂ ਇਹ ਆ ਕਿ ਬੜਾ ਇਤਿਹਾਸਿਕ ਸਾਡੀ ਇਹ ਯੂਨੀਵਰਸਿਟੀ ਦਾ ਕੈਂਪਸ ਹੈ। 1910 ਦੇ ਅੰਦਰ ਇਹਦੀ ਸਥਾਪਨਾ, ਸੋ ਅੱਜ ਲਗਭਗ 114 ਸਾਲ ਹੋ ਗਏ ਆ ਇਸ ਕੈਂਪਸ ਦੇ ਅੰਦਰ, ਜਿਹੜਾ ਲਗਾਤਾਰ ਕਿਸਾਨਾਂ ਨੂੰ ਰੋਸ਼ਨੀ ਦਿੰਦਾ, ਉਹਨਾਂ ਨੂੰ ਅਗਵਾਈ ਦਿੰਦਾ, ਅਤੇ ਜਿੱਥੇ ਹਰ ਸਾਲ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਆ ਕੇ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਉਹ ਫਸਲਾਂ ਨੇ, ਉਹਨਾਂ ਦੀ ਜਿਹੜੀ ਲੇਟੈਸਟ ਜਿਹੜੀ ਮੈਂ ਸਮਝਦਾ ਵੀ ਉਹ ਬੀਜ ਨੇ, ਉਹਨਾਂ ਨੂੰ ਆ ਕੇ ਕਰਕੇ ਆਪਣੇ ਖੇਤਾਂ 'ਚ ਜਿਹੜੇ ਉਹ ਬੀਜਦੇ ਆ। ਸੋ ਅੱਜ ਗੁਰਦਾਸਪੁਰ ਦੇ ਅੰਦਰ ਜਿਹੜਾ ਕਿਸਾਨ ਮੇਲਾ, ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਤੁਸੀਂ ਦੇਖਿਆ ਸਾਡੇ ਕਿਸਾਨ ਵੀਰ ਆਏ ਨੇ। ਸੋ ਜਿੱਥੇ ਕਿਸਾਨ ਆਏ ਨੇ, ਉੱਥੇ ਖੇਤੀਬਾੜੀ ਦੇ ਵਿਗਿਆਨੀ ਜਿਹੜੇ ਜਿਨ੍ਹਾਂ ਨੇ ਅੱਜ ਉੱਥੇ ਤਕਰੀਰਾਂ ਕੀਤੀਆਂ, ਵਿਚਾਰ ਸਾਂਝੇ ਕੀਤੇ ਆ ਵੀ ਕਿਸਾਨ ਨੂੰ ਇੱਕ ਅਗਵਾਈ ਦਿੱਤੀ ਹੈ। ਸੋ ਮੈਂ ਸਮਝਦਾ ਕਿ ਇਹ ਬੜਾ ਇਤਿਹਾਸਿਕ ਮੇਲਾ, ਸਾਡਾ ਇਤਿਹਾਸਿਕ ਜ਼ਿਲ੍ਹਾ ਗੁਰਦਾਸਪੁਰ ਔਰ ਏਡੀ ਵੱਡੀ ਗਿਣਤੀ 'ਚ ਕਿਸਾਨਾਂ ਦਾ 'ਚ ਆਉਣਾ, ਇਹ ਸਾਬਤ ਕਰਦਾ ਆ ਕਿ ਇਸ ਕੇਂਦਰ ਦਾ ਜਿਹੜਾ, ਇਸ ਕੇਂਦਰ ਦੇ ਪ੍ਰਤੀ ਜਿਹੜਾ ਮਤਲਬ ਕਿਸਾਨਾਂ ਦੇ ਅੰਦਰ ਮੋਹ ਹੈ, ਜਿਹੜੀ ਇੱਥੋਂ ਉਹਨਾਂ ਨੂੰ ਅਗਵਾਈ ਮਿਲਦੀ ਹੈ, ਉਹ ਦਰਸਾਉਂਦੀ ਹੈ ਕਿ ਅੱਜ ਉਹ ਵੱਡੀ ਗਿਣਤੀ 'ਚ ਆਇਆ। ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹਨੂੰ ਆਪਾਂ ਮਾਣਯੋਗ ਮੁੱਖ ਮੰਤਰੀ ਜੀ ਰੰਗਲਾ ਪੰਜਾਬ ਬਣਾਉਣ ਦੀ ਜਦੋਂ ਚਰਚਾ ਕਰਦੇ ਆ, ਤੇ ਉਹਨਾਂ ਵਿੱਚ ਇੱਕ ਰੰਗ ਸਾਡਾ ਮੇਜਰ ਰੰਗ ਖੇਤੀਬਾੜੀ ਦਾ ਆ। ਸੋ ਖੇਤੀਬਾੜੀ ਨੂੰ ਲੈ ਕੇ ਜਿਹੜੀਆਂ ਵਰਤਮਾਨ ਚੁਣੌਤੀਆਂ ਨੇ, ਉਹਨਾਂ ਦੇ ਉੱਤੇ ਵਿਚਾਰਾਂ, ਤਕਰੀਰਾਂ, ਸੋ ਇਹ ਕਿਸਾਨ ਸਰਕਾਰ ਮਿਲਣੀਆਂ ਮੈਂ ਸਮਝਦਾ ਜਿਹੜੀਆਂ ਮਾਣਯੋਗ ਮੁੱਖ ਮੰਤਰੀ ਜੀ ਨੇ ਸ਼ੁਰੂ ਕੀਤੀਆਂ ਨੇ, ਚਾਹੇ ਉਹ ਹੋਣ ਚਾਹੇ ਸਾਡੇ ਕਿਸਾਨ ਮੇਲੇ ਹੋਣ, ਇਹ ਕਿਸਾਨੀ ਨੂੰ ਸਮੇਂ ਦੀ ਹਾਣ ਦੀ ਬਣਾਉਣਾ, ਚਾਹੇ ਉਹਦੇ ਅੰਦਰ ਖੇਤੀ ਵਿਭਿੰਨਤਾ ਦਾ ਸਵਾਲ ਹੋਵੇ, ਚਾਹੇ ਸਹਾਇਕ ਧੰਦਿਆਂ ਦਾ ਸਵਾਲ ਹੋਵੇ, ਚਾਹੇ ਜਿਹੜੇ ਸਾਡੇ ਸੰਦ ਨੇ ਉਹਨਾਂ ਦੀ ਅਪਡੇਟ ਦਾ ਸਵਾਲ ਹੋਵੇ। ਸੋ ਇਹ ਸਾਰਾ ਕੁਝ ਮਤਲਬ ਜਿਹੜਾ ਆ ਸਾਨੂੰ ਕਿਸਾਨੀ ਦੇ ਅੰਦਰ ਅਪਡੇਟ ਕਰਦਾ। ਸੋ ਨਵੇਂ ਨਵੇਂ ਬੀਜ, ਕਿਉਂਕਿ ਗੁਰਦਾਸਪੁਰ ਦੇ ਅੰਦਰ ਗੰਨੇ ਦੀ ਜਿਹੜੀ ਆ ਉਹ ਕਾਸ ਵੀ ਬਹੁਤ ਵੱਡੀ ਪੱਧਰ 'ਤੇ ਹੁੰਦੀ ਆ, ਸੋ ਪਿਛਲੇ ਦਿਨਾਂ ਦੇ ਦੌਰਾਨ ਜਿਸ ਤਰ੍ਹਾਂ ਪਨਿਆੜ ਦੇ ਅੰਦਰ ਮਿੱਲ ਨੂੰ ਅਪਗ੍ਰੇਡ ਕੀਤਾ ਗਿਆ, ਉਹਦੀ ਕਪੈਸਿਟੀ ਵਧਾਈ ਗਈ ਹੈ। ਸੋ ਲਗਾਤਾਰ
ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਕਿਸਾਨੀ ਧੰਦੇ ਨੂੰ ਲੈ ਕੇ, ਕਿਸਾਨੀ ਕਿੱਤੇ ਨੂੰ ਲੈ ਕੇ ਜਿਹੜੀਆਂ ਉਹ ਵੰਨ ਸਵੰਨੀਆਂ ਯੋਜਨਾਵਾਂ ਨੇ ਉਹ ਕਿਸਾਨਾਂ ਦੇ ਸਨਮੁੱਖ ਰੱਖੀਆਂ ਜਾਂਦੀਆਂ ਆ। ਸੋ ਅੱਜ ਪਾਣੀ ਬਚਾਉਣ ਦੀ ਜਿਵੇਂ ਲੋੜ ਹੈ, ਪਾਣੀ ਬਚਾਉਣ ਦੇ ਲਈ ਜਿੱਦਾਂ ਯਤਨ ਕੀਤੇ ਜਾ ਰਹੇ ਆ। ਸੋ ਖਾਸ ਕਰਕੇ ਇਸ ਵੇਲੇ ਪੰਜਾਬ ਦੇ ਅੰਦਰ ਜਿਹੜਾ ਸੋਲਰ ਸਿਸਟਮ ਹੈ ਉਹਦੇ ਅੰਦਰ ਬਹੁਤ ਵੱਡੀ ਸਬਸਿਡੀ ਜਿਹੜੀ ਉਹ ਦਿੱਤੀ ਜਾ ਰਹੀ ਹੈ। 60% ਜਿਹੜੀ ਸਬਸਿਡੀ ਹੈ ਉਹ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ, ਔਰ ਜਿਹੜੇ ਅਨੁਸੂਚਿਤ ਜਾਤੀ ਦੇ ਕਿਸਾਨ ਨੇ ਉਹਨਾਂ ਨੂੰ 80% ਸਬਸਿਡੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਸੋ ਮਲਟੀ ਕਿਸਮ ਦੀਆਂ ਜਿਹੜੀਆਂ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਨੇ ਖੇਤੀ ਨੂੰ ਲੈ ਕੇ, ਖੇਤੀ ਨੂੰ ਪ੍ਰਫੁੱਲਿਤ ਕਰਨ ਦੀ ਭਾਵਨਾ ਦੇ ਰੂਪ ਚ ਉਹਨਾਂ ਦਾ ਕਿਸਾਨ ਵੱਡੀ ਪੱਧਰ ਤੇ ਉੱਤੇ ਆ ਕੇ ਪੈਦਾ ਕਰ ਰਿਹਾ ਹੈ। ਨਹੀਂ, ਬੇਸਿਕਲੀ ਦੇਖੋ ਪੰਜਾਬ ਦੇ ਅੰਦਰ ਸਪੇਸ ਨੂੰ ਲੈ ਕੇ ਉਹਨਾਂ ਦੀ ਇੱਕ ਚਿੰਤਾ ਸੀਗੀ। ਸੋ ਮੈਂ ਪਿਛਲੇ ਦਿਨੀ ਸਾਡੇ ਮਾਨਯੋਗ ਜੂਨੀਅਰ ਮਿਨਿਸਟਰ ਸਾਹਿਬ ਨੂੰ ਮੈਂ ਆਪ ਮਿਲਿਆ ਸੀਗਾ। ਸੋ ਅਸੀਂ ਦੋ ਗੱਲਾਂ ਉਹਨਾਂ ਦੇ ਸਾਹਮਣੇ ਰੱਖੀਆਂ ਸੀਗੀਆਂ ਸਪੇਸ ਨੂੰ ਲੈ ਕੇ, ਕਿ ਇੱਕ ਤੇ ਜਿਹੜਾ ਉਹ ਐਕਸਪੋਰਟ ਦਾ ਜਿਹੜਾ ਕੰਮ ਉਹ ਸ਼ੁਰੂ ਕੀਤਾ ਜਾਵੇ, ਕਾਫੀ ਕਈ ਸਾਲਾਂ ਤੋਂ ਬੰਦ ਹੈ। ਸੈਕਿੰਡ ਜਿਹੜਾ ਇਥੋਨੋਲ ਦੇ ਅੰਦਰ ਚੋਲ ਪੈਂਦੇ ਆ, ਤੁਸੀਂ ਉਹ ਉਸ ਪਾਸੇ ਗੱਲ ਤੋਰੀ ਜਾਵੇ। ਸੋ ਸਾਨੂੰ ਖੁਸ਼ੀ ਹੈ ਕਿ ਉਹਨਾਂ ਨੇ 23 ਲੱਖ ਮੀਟਰਿਕ ਟਨ ਜਿਹੜੀ ਆ ਉਹ ਇਥੋਨੋਲ ਦੇ ਵਿੱਚ ਪਾਉਣ ਦੇ ਲਈ ਚੋਲਾਂ ਦੀ ਮਤਲਬ ਡਿਲੀਵਰੀ ਕਰਨ ਦਾ ਫੈਸਲਾ ਕੀਤਾ। 2 ਲੱਖ ਮੀਟਰਿਕ ਟਨ ਜਿਹੜਾ ਆ ਐਕਸਪੋਰਟ ਕਰਨ ਦਾ ਉਹਨਾਂ ਨੇ ਮਲੇਸ਼ੀਆ ਨੂੰ ਉਹ ਵੀ ਨਿਰਣਾ ਕੀਤਾ। ਸੋ ਲਗਭਗ 25 ਲੱਖ ਮੀਟਰਿਕ ਟਨ ਜਿਹੜੀ ਆ ਉਹ ਜਦੋਂ ਝੋਨਾ ਪੰਜਾਬ ਦੇ ਵਿੱਚੋਂ ਮਤਲਬ ਆਪਣਾ ਚੱਕਿਆ ਜਾਣਾ, ਤੇ ਇਹਦੇ ਨਾਲ ਕਿਉਂਕਿ ਇਹ ਸੀਜ਼ਨ ਦਸੰਬਰ 'ਚ ਸ਼ੁਰੂ ਹੁੰਦਾ, ਜਿਹੜੀ ਮਿਲਿੰਗ ਹੈ ਉਹ ਦਸੰਬਰ 'ਚ ਸ਼ੁਰੂ ਹੋਣੀ ਹੈ। ਸੋ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ, ਸਾਹਮਣੇ ਝੋਨਾ ਲਾਉਣਾ, ਤੁਸੀਂ ਚਿੰਤਾ ਨਾ ਕਰੋ। ਪੰਜਾਬ ਸੈਲਰ ਵਾਲੇ ਵੀ ਆਪਣੇ ਆ, ਕੋਈ ਬਗਾਨੇ ਨਹੀਂ। ਸੋ ਬੇਸਿਕਲੀ ਇਹ ਸਵਾਲ ਕੇਂਦਰ ਨਾਲ ਜੁੜਦਾ ਹੈ ਕਿਉਂਕਿ FCI ਕੇਂਦਰ ਦਾ ਦਾਰਾ ਆ। ਸੋ ਅਸੀਂ ਉਹਨਾਂ ਨੂੰ ਅਪੀਲ ਕੀਤੀ ਆ ਕੇਂਦਰ ਸਰਕਾਰ ਨੂੰ ਵੀ ਤੁਸੀਂ ਇਹ ਸਪੇਸ ਦਾ ਕੰਮ ਇਹਨੂੰ ਥੋੜ੍ਹਾ ਤੇਜ਼ ਕਰੋ ਤਾਂ ਜੋ ਜਿਹੜੇ ਸੀਜ਼ਨ ਦੇ ਅੰਦਰ ਕੋਈ ਦਿੱਕਤ ਨਾ ਆਵੇ ਤੇ ਮੈਨੂੰ ਲੱਗਦਾ ਵੀ ਸਾਡਾ ਵਧੀਆ ਹੋ ਜਾਊਗਾ। ਪਹਿਲੀ ਗੱਲ ਤੇ ਹੈ ਕਿ ਮੈਂ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਇਸ ਸਾਹਸ ਦਾ, ਉਹਨਾਂ ਦੇ ਤਿਆਗ ਦਾ ਸਤਿਕਾਰ ਕਰਦਾ, ਉਹਨਾਂ ਨੂੰ ਐਪਰੀਸ਼ੀਏਟ ਕਰਦਾ। ਔਰ ਦੇਸ਼ ਦੇ ਅੰਦਰ ਇੱਕ ਐਸੇ ਪੋਲੀਟੀਸ਼ੀਅਨ ਹੈ ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਤਾ ਵੀ ਇਹ ਲੋਕ ਫੈਸਲਾ ਕਰਨ ਵੀ ਕੇਜਰੀਵਾਲ ਸਾਹਿਬ ਮਤਲਬ ਉਹਨਾਂ ਨੂੰ ਮੁੱਖ ਮੰਤਰੀ ਚਾਹੀਦੇ ਨੇ, ਉਹ ਇਮਾਨਦਾਰ ਨੇ ਕਿ ਜਾਂ ਕੀ ਨੇ ਉਹ। ਸੋ ਇਸ ਕਰਕੇ ਬਹੁਤ ਕੁਝ ਕੀਤਾ ਜਾ ਰਿਹਾ, ਬਹੁਤ ਕੁਝ ਪਲਾਨ ਹੁੰਦਾ, ਮਤਲਬ ਕਿ ਇਸ ਤਰ੍ਹਾਂ CBI ਨੇ ED ਦੁਆਰਾ ਜ਼ਮਾਨਤ ਦੇਣ ਤੋਂ ਬਾਅਦ ਇਮੀਡੀਏਟਲੀ ਕੇਸ ਕੀਤਾ, ਤੇ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਆ ਵੀ ਇਹਨਾਂ ਏਜੰਸੀਆਂ ਨੂੰ ਪਿੰਜਰੇ ਦੇ ਤੋਤੇ ਨਹੀਂ ਬਣਾਉਣਾ ਚਾਹੀਦੇ ਸਰਕਾਰਾਂ ਨੂੰ। ਸੋ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਤਿਆਗ ਆ ਬਹੁਤ ਵੱਡਾ ਹਿਸਟੋਰੀਕਲ ਫੈਸਲਾ, ਬਾਕੀ ਸਿਆਸਤਦਾਨਾਂ ਨੂੰ ਵੀ ਇਹ ਤੋਂ ਸਿੱਖਣਾ ਚਾਹੀਦਾ। ਔਰ ਜਿਹੜਾ ਮੈਡਮ ਆਤਸੀ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ, ਇਹ ਵੀ ਆਪਣੇ ਆਪ 'ਚ ਇਤਿਹਾਸਕ ਹੈ। ਜਿਹੜੀ ਆਪਾਂ ਵੂਮੈਨ ਇੰਪਾਵਰਮੈਂਟ ਦੀ ਗੱਲ ਕਰਦੇ ਹਾਂ ਵੀ ਉਹਦੇ ਵਾਲੇ ਪਾਸੇ ਇੱਕ ਬਹੁਤ ਵੱਡਾ ਕਦਮ ਆ, ਔਰ ਬੜੇ ਉਹ ਸਾਹਸੀ ਨੇ, ਸੂਝਵਾਨ ਨੇ, ਤੇ ਦਿੱਲੀ ਦੇ ਲੋਕਾਂ ਨੂੰ ਬੈਟਰ ਗਵਾਈ ਦੇਣਾ। ਮੈਂ ਬਿਲਕੁਲ ਰਵਨੀਤ ਬਿੱਟੂ ਦੇ ਬਿਆਨਾਂ ਨਾਲ ਸਹਿਮਤ ਨਹੀਂ। ਕਿਸੇ ਨੂੰ ਇਸ ਕਿਸਮ ਦਾ ਐਲਾਨ ਕਰ ਦੇਣਾ ਵੀ ਉਹ ਅੱਤਵਾਦੀ ਹੈ, ਰੋਂਗ ਐਟੀਟਿਊਡ। ਅੱਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਦੁਆਰਾ ਯੂਨੀਵਰਸਿਟੀ ਰਾਹੀਂ ਇੱਥੇ ਕਿਸਾਨ ਮੇਲਾ ਲਗਾਇਆ ਗਿਆ, ਔਰ ਇਸ ਕਿਸਾਨ ਮੇਲੇ ਦੇ ਵਿੱਚ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਇੱਥੇ ਆਏ ਨੇ, ਔਰ ਯੂਨੀਵਰਸਿਟੀ ਦੁਆਰਾ ਜਿਹੜੇ
ਨਵੇਂ ਨਵੇਂ ਤਕਨੀਕ ਦੇ ਨਾਲ ਉਹਨਾਂ ਦੀਆਂ ਫਸਲਾਂ ਦੇ ਸੰਬੰਧੀ ਬੀਜ, ਉਹਨਾਂ ਦੇ ਹੋਰ ਸਾਜੋ ਸਮਾਨ ਜਿਹੜੇ ਕਿਸਾਨਾਂ ਦੇ ਉਹ ਇੱਥੇ ਰੱਖੇ ਗਏ ਨੇ। ਸੋ ਸਾਰੇ ਕਿਸਾਨ ਵੀ ਨਵੀਂ ਤਕਨੀਕ ਨਾਲ ਜੁੜਨਾ ਚਾਹੁੰਦੇ ਨੇ, ਔਰ ਸਰਕਾਰ ਵੀ ਚਾਹੁੰਦੀ ਹੈ ਕਿ ਇਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਜਿਹੜੀਆਂ ਨਵੇਂ ਯੁੱਗ ਦੀਆਂ ਉਹਨਾਂ ਨੂੰ ਦਿੱਤੀਆਂ ਜਾਣ। ਸੋ ਕਿਸਾਨ ਖੁਸ਼ ਨੇ, ਔਰ ਸਰਕਾਰ ਦੇ ਵੀ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਕਿ ਕਿਸਾਨਾਂ ਨੂੰ ਕਿਵੇਂ ਖੁਸ਼ਹਾਲ ਰੱਖਿਆ ਜਾਵੇ, ਉਹਨਾਂ ਦੀ ਬਿਹਤਰੀ ਵਾਸਤੇ ਜੋ ਵੀ ਚੰਗੇ ਤੋਂ ਚੰਗੇ ਮਸ਼ੀਨਰੀ ਹੈ, ਚੰਗੇ ਤੋਂ ਚੰਗੇ ਬੀਜ ਨੇ, ਉਹਨਾਂ ਨੂੰ ਉਪਲਬਧ ਕਰਵਾਇਆ ਜਾਣ। ਸੋ ਅੱਜ ਸਾਡੇ ਨਾਲ ਸਾਡੇ ਸਤਿਕਾਰਯੋਗ ਕੈਬਨਿਟ ਮੰਤਰੀ ਸ਼੍ਰੀ ਲਾਲਚੰਦ ਕੌਸ਼ਿਕ ਜੀ ਵੀ ਐਜ਼ ਏ ਮੁੱਖ ਮਹਿਮਾਨ ਦੇ ਤੌਰ 'ਤੇ ਉੱਥੇ ਸ਼ਾਮਿਲ ਹੋਏ ਨੇ। ਸੋ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਕਿ ਜਿਵੇਂ ਅਸੀਂ ਟਿਊਬਵੈੱਲਾਂ ਦਾ ਪਾਣੀ ਵਰਤਦੇ ਹਾਂ, ਇਹਦੇ ਨਾਲ ਅਸੀਂ ਮਾਨਯੋਗ ਮੁੱਖ ਮੰਤਰੀ ਸਰ ਨੇ ਜੋ ਨਹਿਰਾਂ ਦਾ ਪਾਣੀ ਤੇਲ ਤੱਕ ਪਹੁੰਚਾਇਆ, ਤੋ ਨਹਿਰਾਂ ਦੇ ਪਾਣੀ ਨੂੰ ਵੱਧ ਤੋਂ ਵੱਧ ਵਰਤੋਂ ਕਰਨ ਤਾਂ ਜੋ ਜ਼ਮੀਨ ਦਾ ਹੇਠਲੇ ਪੱਧਰ ਦਾ ਪਾਣੀ ਜਿਹੜਾ ਉਹਨੂੰ ਘੱਟ ਬਾਹਰ ਕੱਢਿਆ ਜਾਵੇ, ਔਰ ਜਿਹੜਾ ਨਹਿਰਾਂ ਦਾ ਪਾਣੀ ਆ ਉਹ ਵਰਤੋਂ ਵਿੱਚ ਲਿਆਂਦਾ ਜਾ ਸਕੇ। ਥੈਂਕ ਯੂ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।